6 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਸੰਗਰੂਰ ਵਿਖੇ ਸੂਚਨਾ ਮਿਲੀ ਕਿ ਕਲੌਦੀ ਪਿੰਡ ਦੇ ਵਿੱਚ ਯੂਨੀਕ ਪੈਕਜਿੰਗ ਪ੍ਰਾਈਵੇਟ ਲਿਮਿਟਡ ਜਿਹੜੀ ਕੰਪਨੀ ਆ ਉਹਨੂੰ ਅੱਗ ਲੱਗੀ ਹੈ। ਉੱਥੇ ਮੌਕੇ ਪਰ ਜਿਹੜਾ ਫਾਇਰ ਬ੍ਰਿਗੇਡ ਸੰਗਰੂਰ ਵੱਲੋਂ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਸਟਾਫ ਭੇਜ ਕੇ ਜਿਹੜਾ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਮੌਕੇ 'ਤੇ ਪਤਾ ਨਹੀਂ ਚੱਲ ਸਕਿਆ। ਅੱਗ ਦੇ ਵਿੱਚ ਹੁਣ ਤੱਕ ਜੋ ਰੋ ਮਟੀਰੀਅਲ ਪਿਆ ਸੀਗਾ ਇਹ ਐਗ ਟ੍ਰੇ ਬਣਾਉਣ ਵਾਲੀ ਕੰਪਨੀ ਆ, ਉਹ ਰੋ ਮਟੀਰੀਅਲ ਅਤੇ ਜਿਹੜਾ ਫਿਨਿਸ਼ ਗੁੱਡ ਤਿਆਰ ਹੋਈਆਂ ਐਗ ਟ੍ਰੇ ਨਾਲ ਇੱਕ ਗਡਾਊਨ ਭਰਿਆ ਸੀ ਉਹਨੂੰ ਜਿਹੜਾ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਨਾਲ। 6 ਵਜੇ ਦੇ ਕਰੀਬ ਫਾਇਰ ਬ੍ਰਿਗੇਡ ਸੰਗਰੂਰ ਵਿਖੇ ਸੂਚਨਾ ਮਿਲੀ ਕਿ ਕਲੌਦੀ ਪਿੰਡ ਦੇ ਵਿੱਚ ਯੂਨੀਕ ਪੈਕਜਿੰਗ ਪ੍ਰਾਈਵੇਟ ਲਿਮਿਟਡ ਜਿਹੜੀ ਕੰਪਨੀ ਆ ਉਹਨੂੰ ਅੱਗ ਲੱਗੀ ਹੈ। ਉੱਥੇ ਮੌਕੇ ਪਰ ਜਿਹੜਾ ਫਾਇਰ ਬ੍ਰਿਗੇਡ ਸੰਗਰੂਰ ਵੱਲੋਂ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਮੇਤ ਸਟਾਫ ਭੇਜ ਕੇ ਜਿਹੜਾ ਇਸ ਅੱਗ ਦੇ ਉੱਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਮੌਕੇ 'ਤੇ ਪਤਾ ਨਹੀਂ ਚੱਲ ਸਕਿਆ। ਅੱਗ ਦੇ ਵਿੱਚ ਹੁਣ ਤੱਕ ਜੋ ਰੋ ਮਟੀਰੀਅਲ ਪਿਆ ਸੀਗਾ ਇਹ ਐਗ ਟ੍ਰੇ ਬਣਾਉਣ ਵਾਲੀ ਕੰਪਨੀ ਆ, ਉਹ ਰੋ ਮਟੀਰੀਅਲ ਅਤੇ ਜਿਹੜਾ ਫਿਨਿਸ਼ ਗੁੱਡ ਤਿਆਰ ਹੋਈਆਂ ਐਗ ਟ੍ਰੇ ਨਾਲ ਇੱਕ ਗਡਾਊਨ ਭਰਿਆ ਸੀ ਉਹਨੂੰ ਜਿਹੜਾ ਅੱਗ ਲੱਗਣ ਨਾਲ ਬੁਰੀ ਤਰ੍ਹਾਂ